आकाशवाणी खबरा विकास शर्मा कोला प्रधानमंत्री नरेंद्र मोदी ਹੋਰੇ ਨਵੀਂ ਦਿੱਲੀ ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਨੀਲ ਵਿਕਰਮ ਸਿੰਘ ਉੰਦੇ ਕੰਨੇ ਗੱਲਬਾਤ ਕੀਤੀ ਉਹਨੇ ਆਖਿਆ ਜੇ ਭਾਰਤ ਸਦਾ ਗਏ ਸ਼੍ਰੀਲੰਕਾ ਦੇ ਲੋਕਾਂ ਕੰਨੇ ਹਰ ਸੁਖ ਦੁਖ ਚ ਉੰਦੇ ਕੰਨੇ ਖੜੋਤੇ ਦਾ ਰਿਆ ਹੈ ਪ੍ਰਧਾਨ ਮੰਤਰੀ ਮੋਦੀ ਹੋਰੇ ਉन्नत ਤਕਨੀਕਾਂ ਤੇ ਪ੍ਰਕਿਰਿਆਵਾਂ ਦਾ ਇਸਤੇਮਾਲ ਕਰੀਏ ਕੁੱਲ ਸੰਸਾਰੀ ਕਰਮਚਾਰੀਆਂ ਦੀ ਕੁਸ਼ਲ ਬਣਾਉਣੇ ਉਪਰ ਜ਼ੋਰ ਦਿੱਤਾ ਹੈ ਮਨੀਪੁਰ ਇਨਸਾਤੇ ਹੋਰ ਨੇ ਮੁੱਦਿਆਂ ਪਰ ਅੰਗਾਮੇ ਦੇ ਮਗਰਾ ਸੰਸਦ ਦੇ ਦੋਨੇ ਸਦਨਾਂ ਦੀ ਦਿਨ ਭਰੇ ਲਈ ਠਗਿਤ ਕਰ ਦਿੱਤਾ ਗਿਆ ਪ੍ਰਾਇਮਿਕ ਰਾਈਬਾਈ ਦੁਹਾਰ ਕਰਜ ਸਰਬੰਧੀ ਸਮਿਤੀਆਂ ਅੱਜ ਮੁਲਖ ਭਰੇ ਚ ਸਾਰਵਜਨਿਕ ਸੇਵਾ ਕੇਂਦਰੀ ਥਾਵਾਂ ਦਿੱਤੀ ਜਾਣੇ ਆਲੀ ਸੇਵਾ ਮੋਹਈਆ ਕਰਾ ਕਰਦੀਆਂਨ ਬਰਖਾ ਕਰੀ ਵੱਖ-ਵੱਖ ਰਾਜਾਂ ਦੇ ਕਈ ਇਸੈਂਟ ਸਮਾਨਯ ਜਨਜੀਵਨ ਅਸਤ ਵਿਅਸਤ ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨੇ ਚ ਦੇਸ਼ਾਂ ਦੇ ਵੱਖ-ਵੱਖ ਇਸੈਂਟ ਔਰਮਤੀ ਬਰਖਾ ਪਉਣ ਦੀ ਪੁਵਿਕਵਾਨੀ ਕੀਤੀ ਹੂਨ ਖਬਰਾਂ ਤਫਸੀਲ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ 21 ਜੁਲਾਈ ਗੀ ਨਵੀਂ ਦਿੱਲੀ ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮ ਸਿੰਘ ਉੰਦੇ ਕੰਨੇ ਗੱਲਬਾਤ ਕੀਤੀ ਤਾਂ ਜੇ ਵੱਖ-ਵੱਖ ਦੁਪੱਖੀਆ ਮੁੱਦਿਆਂ ਉਪਰ ਚਰਚਾ ਕੀਤੀ ਜਾਈ ਸਕੇ ਬੈਠਕ ਮਗਰਾ ਸਾਂਝੀ ਪ੍ਰੈਸ ਕਾਨਫਰੰਸ 'ਗੀ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਆਖਿਆ ਜੇ ਪਿਛਲੇ ਇੱਕ ਬੜਾ ਸ਼੍ਰੀਲੰਕਾ ਤੇ ਭਾਰਤ ਦੇ ਲੋਕਾਂ ਲਈ ਚੁਣੌਤੀਆਂ ਕੰਨੇ ਪਰੋਚੇ ਦਾ ਰਿਹਾ ਹੈ ਤੇ ਇਸ ਸੰਕਟ ਦੇ ਦੌਰਾਨ ਵੀ ਭਾਰਤ ਨੇ ਨਜ਼ਦੀਕੀ ਮਿੱਤਰ ਹੋਣ ਦੇ ਨਾਤੇ ਸ਼੍ਰੀਲੰਕਾ ਦੇ ਲੋਕਾਂ ਕੰਨੇ ਹਰ ਸੰਭਵ ਮਦਦ ਕੀਤੀ ਹੈ ਉਹਨੇ ਆਖਿਆ ਜੇ ਭਾਰਤ ਦੀ ਗਵਾਂਡੀ ਪਹਿਲੇ ਆਲੀ ਨੀਤੀ ਤੇ ਸਾਗਰ ਵਿਜ਼ਨ ਦੋਨਿਆਂ ਚ ਵੀ ਸ਼੍ਰੀਲੰਕਾ ਦੀ ਮਤੀ ਮਹਤਵਯਾਲੀ ਥਾਰ ਹੈ। ਉਹਨੇ ਆਖਿਆ ਜੇ ਅੱਜ ਭਾਰਤ ਤੇ ਸ਼੍ਰੀਲੰਕਾ ਨੇ ਦਪੱਖੀਆ ਇਲਾਕਾਈ ਤੇ ਅੰਤਰਰਾਸ਼ਟਰੀ ਮੁੱਦਿਆਂ ਉਪਰ ਸਾਂਝਾ ਵਿਚਾਰ ਕੀਤੇ ਨੇ ਤੇ ਹੁੰਦਾ ਮੰਨਣਾ ਹੈ ਜੇ ਭਾਰਤ ਤੇ ਸ਼੍ਰੀਲੰਕਾ ਦੇ ਸੁਰੱਖਿਆ ਇਤ ਤੇ ਵਿਕਾਸ ਇੱਕ ਦੂਏ ਕਨੇ ਜੁੜੇ ਰਹਿਣ। ਸ਼੍ਰੀ ਮੋਦੀ ਉਹਨੇ ਇਹ ਵੀ ਦੱਸਿਆ ਜੇ ਭਾਰਤ ਤੇ ਸ਼੍ਰੀਲੰਕਾ ਨੇ ਸਾੜੀ ਆਰਥਿਕ ਸਾਂਝੇਦਾਰੀ ਲਈ ਇੱਕ ਵਿਜ਼ਨ ਦਸਤਾਵੇਜ਼ ਅਪਣਾਇਆ ਹੈ ਉਹਨੇ ਆਖਿਆ ਜੇ ਇਹ ਦੋਨੇ ਮੁਲਖੇ ਦੇ ਲੋਕੀਂ ਵਿਸ਼ਕਾਰ ਸਮੁੰਦਰੀ ਹਵਾਈ ਊਰਜਾ ਤੇ ਲੋਕੀਂ ਲੋਕੀਂ ਵਿਸ਼ਕਾਰ ਸੰਪਰਕ ਜੀ ਨਿਗਰ ਕਰਨੇ ਦਾ ਦ੍ਰਿਸ਼ਟੀਕੋਣ ਹੈ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਇਹ ਦ੍ਰਿਸ਼ਟੀਕੋਣ ਵੀ ਇਹ ਹੈ ਜੇ ਸੈਲਸਫਾ ਬਿਜਲੀ ਵਪਾਰ ਉੱਚੀ ਸਿੱਖਿਆ ਤੇ ਉਹਨਰ ਵਿਕਾਸ ਇਚ ਵੀ ਆਪਸੀ ਸਹਿਯੋਗ ਕੀ ਤੇਜ ਕੀ ਤਾਜ ਪ੍ਰਧਾਨ ਮੰਤਰੀ ਮੋਦੀ ਉਹਰੇ ਵੀ ਮੇਦ 부ਜੀ ਜੇ ਸ਼੍ਰੀਲੰਕਾ ਸਰਕਾਰ ਤਾਮਿਲਾਂ ਦੀ ਆਸੇ ਮੇਦੇਗੀ ਪੂਰਾ ਕਰੋਗ ਉਹਨੇ ਆਖਿਆ ਜੇ ਇਹਦੇ ਕੰਨੇ ਇੱਕ ਬਰੋਬਰੀ ਨਿਆਇ ਤੇ ਇਮਾਨਦਾਰੀ ਲਈ ਨਵੇਂ ਸਿਰਿਆ ਨਿਰਮਾਨ ਦੀ ਪ੍ਰਕਿਰਿਆ ਕੀ ਚਲਾਇਆ ਜਾਗ ਸ਼੍ਰੀ ਵਿਕਰਮ ਸਿੰਘ ਔਰ ਕੱਲ 2 ਦਿਨੇ ਦੇ ਭਾਰਤ ਦੌਰੇ ਉਪਰ ਨਵੀਂ ਦਿੱਲੀ ਪੂਜੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮ ਸਿੰਘ ਉੰਦਾ ਦੌਰਾ ਉਸ ਲਈ ਉਹ ਆ ਕਰਦਾ ਹੈ ਜਿਸ ਲਈ ਭਾਰਤ ਤੇ ਸ਼੍ਰੀਲੰਕਾ ਇਸ ਬਾਰੇ ਕੂਟਨੀਤਿਕ ਰਿਸ਼ਤੇ ਦੀ ਸਥਾਪਨਾ ਦੀ 75ਵੀਂ ਵਰ੍ਹੇ ਸਿ ਮਨਾ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਆਖਿਆ ਜੇ ਕੁਲ ਸੰਸਾਰੀ ਸਤਰ ਉਪਰ ਪ੍ਰਵਾਸੀ ਸ਼ਰਮ ਬਲ ਪਵਿੱਖੀ ਚ ਹਕੀਕਤ ਬਣਨਿਆਲਾ ਹੈ ਉਨੇ ਆਖਿਆ ਜੇ ਇਸੀ ਦਿਖਦੇ ਹੋਈ ਹੁਣ ਸਮਾਂ ਆਈ ਗਿਆ ਹੈ ਜੇ ਵਿਕਾਸ ਕੀ ਕੁੱਲ ਸੰਸਾਰੀ ਰੂਪ ਦਿੱਤਾ ਜਾ ਤੇ ਸਹੀ ਮਾਇਨੇ ਚ ਊਨਰਗੀ ਸਾਂਝਾ ਕੀਤਾ ਜਾ। ਸ਼੍ਰੀ ਮੋਦੀ ਉਹਨੇ ਆਖਿਆ ਜੇ ਇਸ ਵਿਸ਼ੇ ਚ ਜੀ 20 ਕੀ ਅੱਗੇ ਦੀ ਭੂਮਿਕਾ ਨਿਭਾਣੀ ਹੋਗ ਪ੍ਰਧਾਨ ਮੰਤਰੀ ਔਰ ਮੱਧ ਪ੍ਰਦੇਸ਼ ਦੇ ਇੰਦੋਰ ਚ ਜੀ 20 ਰਾਸ਼ਟਰੀ ਦੀ ਸ਼ਰਮ ਤੇ ਰੋਜ਼ਗਾਰ ਮੰਤਰੀ ਦੀ ਬੈਠਕ ਦੀ ਵੀਡੀਓ ਸੰਦੇਸ਼ ਰਾਹੀਂ ਸੰਬੋਧਿਤ ਕਰਾ ਕਰਦੇ ਹੈ। ਹੁਨਰ ਤੇ ਯੋਗਤਾ ਦੀ ਜ਼ਰੂਰਤਾਂ ਦੇ ਮੁਤਾਬਕ ਕੰਮੇ ਦਾ ਅੰਤਰਰਾਸ਼ਟਰੀ ਸੰਦਰਭ ਸ਼ੁਰੂ ਕਰਨ ਦੇ ਯਤਨਾਂ ਦੀ ਵਡਿਆਈ ਕਰਦੇ ਹੋਈ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਇਸ ਲਈ ਅੰਤਰਰਾਸ਼ਟਰੀ ਸਹਿਯੋਗ ਤੇ ਤਾਲਮੇਲ ਤੇ ਪ੍ਰਵਾਸ ਤੇ ਗਤੀਸ਼ੀਲਤਾ ਸਾਂਝੇਦਾਰੀ ਦੇ ਨਵੇਂ ਮਾਡਲ ਦੀ ਜ਼ਰੂਰਤ ਹੈ। ਸ਼੍ਰੀ ਮੋਦੀ ਹੋਰੇ ਕਰਮਚਾਰੀਆਂ ਤੇ ਮਜ਼ਦੂਰਾਂ ਦੇ ਸਰਵੰਦੀ ਆਂਕੜੇ ਤੇ ਜਾਣਕਾਰੀ ਦੀ ਸਾਂਝਾ ਕਰਨ ਦੇ ਮਹੱਤਵ ਬਾਰੇ ਦੱਸਿਆ। ਉਨੇ ਆਖਿਆ ਜੀ ਇਹਦੇ ਕੰਨੇ ਦੁਨੀਆ ਭਰ ਦੇ ਮੁਲਕਾਂ ਦੀ ਬਿਹਤਰ ਕੋਸ਼ਲ ਕਰਮਚਾਰੀਆਂ ਦੀ ਯੋਜਨਾ ਅਤੇ ਫਾਇਦੇਮੰਦ ਰੋਜ਼ਗਾਰ ਲਈ ਸਬੂਤੇ ਉੱਪਰ ਆਧਾਰਿਤ ਨੀਤੀਆਂ ਬਣਾਉਣੇ ਚ ਸਸ਼ਕਤ ਵਰਨਾਣਾ ਬਣਾਇਆ ਜਾਗ ਕੇਂਦਰੀ ਸ਼ਰਮ ਤੇ ਰੋਜ਼ਗਾਰ ਮੰਤਰੀ ਭੁਪਿੰਦਰ ਯਾਦਵ ਉਰੇ ਸ਼ਮ ਤੇ ਰੋਜ਼ਗਾਰ ਖੇਤਰ ਦੇ ਮੰਤਰੀਏ ਤੇ ਹੋਰ ਨੇ ਇਤਤਾਰ ਕੇ ਦੇ ਉਦਘਾਟਨੀ ਸਤਰਗੀ ਵੀ ਸੰਬੋਧਿਤ ਕੀਤਾ 2014 ਬਰੇ ਤੇ ਜੂਨ 2023 ਬਰੇ ਵਿਚਕਾਰ ਕੋਈ 1375000 ਭਾਰਤੀ ਸ਼ੈਰੀਆਂ ਆਪਣੀ ਨਾਗਰਿਕਤਾ ਛੁੜੀ ਹੈ ਇਸ ਗੱਲ ਦੀ ਜਾਣਕਾਰੀ ਵਿਦੇਸ਼ ਮਾਮਲੇ ਦੇ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋਰੇ ਨੇ ਅੱਜ ਲੋਕ ਸਭਾ ਚ ਇੱਕ ਲਿਖਤ ਪਰਤੇ ਚ ਦਿੱਤੀ ਜੂਨ ਤੋਂ ਈ ਨਾਗਰਿਕਤਾ ਗਈ ਛੁਣਨੇ ਦੇ ਉਪਲਬਧ ਆਂਕੜੇ ਮੁਜਬ 87000 ਲੋਕਾਂ ਨੇ ਭਾਰਤੀ ਨਾਗਰਿਕਤਾ ਛੁੜੀ ਦਿੱਤੀ ਇਸੇ ਚ ਅੱਗੇ ਆਖਿਆ ਗਿਆ ਹੈ ਇਹ ਭਾਰਤੀ ਨਾਗਰਿਕ ਪਿਛਲੇ ਦੋ ਦਹਾਕੇ ਥਾਵਾਂ ਵਿਸ਼ਵਿਕ ਕਮ ਆਲੀ ਥਾਰੇ ਢੋੜੀ ਆਪਣੀ ਪੂਜ ਬਣਾ ਕਰ ਦੇਨ ਇੰਦੇ ਚਾ ਕਈ ਸਾਰੇ ਲੋਕੇ ਨਿੱਜੀ ਕਾਰਨੇ ਕਰੀ ਵਿਦੇਸ਼ੀ ਨਾਗਰਿਕਤਾ ਕੀ ਚੁਣੀ ਲੇਤਾ ਸਰਕਾਰ ਇਸ ਬਖੀ ਧਿਆਨ ਦਿਆ ਕਰਦੀ ਹੈ ਤੇ ਮੰਤਰੀ ਔਰ ਆਖਿਆ ਜੇ ਭਾਰਤੀ ਸਮੁਦਾਇ ਕੰਨੇ ਮੇਕ ਇਨ ਇੰਡੀਆ ਪੈਲਗੀ ਅਗੇ ਵਧਾਣੇ ਤਾਂ ਹੀ ਗੈਂ ਪੁੱਟੀ ਜਾ ਕਰਦੀ ਹੈ ਉਹਨੇ ਆਖਿਆ ਜੇ ਰਾਸ਼ਟਰੀ લાલી ਭਾਰਤੀ સમુદાય ਰਤਵੇ ਤੇ ਮਾਨਸਮਾਨਗੀ ਇਸ ਤਾਈ ਜ਼ਰੂਰਤੇ ਮੁਜਬ ਇਸਤੇਮਾਲ ਕੀਤਾ ਜਾਗ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਉਪਰਾ ਸੁਣਾ ਕਰ ਦਿਓ ਸਦ ਦੇ ਦੋਨੇ ਸਦਨੇ ਚ ਅੱਜ ਲਗਾਤਾਰ ਦੂਏ ਦਿਨ ਮਨੀਪੁਰ ਇਨਸਾਤ ਤੇ ਔਰਨੇ ਮੁੱਦੇ ਕੀ ਲਈਏ بار بار ਵਿਗਨ ਦਿਖਨੇ ਕੀ ਲਬਾ ਲੋਕ ਸਭਾ ਤੇ ਰਾਜੀ ਸਭਾ ਕੀ ਦਿਨ ਭਰੇ ਲਈ સ્થਗਿਤ ਕਰ ਦਿੱਤਾ ਗਿਆ ਲੋਕ ਸਭਾ ਚ ਜਿਸ ਲਈ ਸਦਨ ਦੀ ਪਹਿਲੀ ਵਾਰੀ ਸਥਗਨ ਕਰਨੇ ਦੇ ਬਾਅਦ ਦੁਪਹਿਰੀ 12 ਵਜੇ ਬੈਠਕ ਹੋਈ ਤਾਂ ਕਾਂਗਰਸ, ਡੀਐਮਕੇ, ਜਦਯੂਸ਼, ਸ਼ਿਪਸੈਨਾ, ਜੂਬੀਟੀ ਤੇ ਉਹਨੇ ਸਦਸਿਆਂ ਨੇ ਨਾਰੇ ਲਾਉਂਦੇ ਹੋਏ ਸਦਨ ਦੇ ਵਿੱਚ ਵਿਸ਼ਕਾਰ ਆਈਗੇ। ਉਹ ਮਨੀਪੁਰ ਮੁੱਦੇ ਉੱਪਰ ਸਦਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਂ ਦੇ ਬਿਆਨ ਦੀ ਮੰਗ ਕਰਾ ਕਰਦੇ ਏ। ਬੀਆਰਐਸ, ਬਸਪਾ ਸਮਾਜਵਾਦੀ ਪਾਰਟੀ ਤੇ ਉਹਨੇ ਦੇ ਸਦਸੇ ਖੜੂਈਏ ਜੋਰੇਂ ਸ਼ੋਰੇਂ ਬੋਲਾ ਕਰਦੇ ਏ। ਸੰਸਦੀ ਮਾਮਲੇ ਦੇ ਮੰਤਰੀ ਪਰਲਹਾਦ ਜੋਸ਼ੀ ਹੋਰੇ ਇਸ ਗੱਲੇ ਦੀ ਦੁਰਾਇਆ ਜੇ ਸਰਕਾਰ ਚਰਚਾ ਲਈ ਤਿਆਰ ਹੈ ਤੇ ਦੋਸ਼ ਲਾਇਆ ਜੇ ਵਿਪੱਖ ਸਦਨਗੀ ਮਨੀਪੁਰ ਮੁੱਦੇ ਉਪਰ ਚਰਚਾ ਨਹੀਂ ਕਰਨ ਦਿਆ ਕਰਦਾ ਹੈ ਪੱਛਮੀ ਬੰਗਾਲ ਦੇ ਕਿਸ਼ ਬੀਜੇਪੀ ਸਦਸੇ ਰਾਜੇ ਚ ਇਨਸਾਗੀ ਲਈਏ ਟੀਐਮਸੀ ਸਰਕਾਰ ਦੇ ਖਿਲਾਫ ਨਾਰੇ ਲਾਏ ਹੰਗਾਮੇ ਦੇ ਮੱਦੇ ਨਜ਼ਰ ਅਧਿਐਕਸ਼ ਉਹ ਰੇਂ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਸਦਸਿਆਂ ਕੀ ਆਖਿਆ ਜੇ ਉਹ ਆਪਣੀ ਸੀਟਿਓਂ ਉਪਰ ਵਾਪਸ ਜਾਈਏ ਸਦਨਗੀ ਕੰਮ ਕਰਨੇ ਦੀ ਇਜਾਜ਼ਤ ਦੇਣ ਪਰ ਉਹਨੇ ਆਪਣੀ ਨਾਰੇਬਾਜੀ ਜਾਰੀ ਰੱਖੀ ਜਿਹਦੇ ਕੰਨੇ ਸਦਨਗੀ ਦਿਨ ਭਰੇ ਲਈ ஸ்தगित ਕਰੀ ਦਿੱਤਾ ਗਿਆ ਇਸ ਤੋਂ ਪਹਿਲੇ ਜਿਸ ਲਈ ਸਦਨ ਦੀ ਅੱਜ ਦਿਨੇ ਲਈ ਬੈਠਕ ਹੋਈ ਤਾਂ ਵੀ ਇਸੇ ਚਾਲੀ ਦਾ ਨਜ਼ਾਰਾ ਦਿਖਿਆ ਗਿਆ ਕਿ ਜੇ ਵਿਪੱਖਸ਼ੀ ਸਦਸੇ ਸਦਨੀ ਚ ਡੰਡ ਰੋਲਾ ਭਾ ਕਰਦੇ ਹੈ ਰੱਖਿਆ ਮੰਤਰੀ ਰਾਣਾ ਸਿੰਘੂ ਨੇ ਦੋਸ਼ ਲਾਇਆ ਜੇ ਵਿਪੱਖਸ਼ ਇਸ ਮੁੱਦੇ ਉਪਰ ਗੰਭੀਰ ਨਹੀਂ ਹੈ ਤੇ ਚਰਚਾ ਨਹੀਂ ਕਰਨਾ ਚਾਹੁੰਦਾ ਉਹਨੇ ਆਖਿਆ ਜੇ ਇਹ ਇੱਕ ਗੰਭੀਰ ਮੁੱਦਾ ਹੈ ਤੇ ਸਰਕਾਰ ਨੇ ਪਹਿਲੇ ਹੀ ਸਾਫ ਕਰੀ ਦਿੱਤਾ ਹੈ ਜੇ ਉਹ ਚਰਚਾ ਲਈ ਤਿਆਰ ਹੈ ਇਸ ਵਿਚਕਾਰ ਸੱਤਾ ਪੱਖਸ਼ ਦੇ ਸਦਸਿਆਂ ਵੀ ਜਵਾਬੀ ਨਾਰੇ ਲਾਏ ਸਪੀਕਰ ਓਮ ਬਿਰਲਾ ਹੋਰੇ ਬਾਰ-ਬਾਰ ਸਦਨ ਚ ਬਵਸਤਾ ਬਣਾਈ ਰੱਖਣੇ ਦਾ ਆਗਰਹਿ ਕੀਤਾ ਹ ਪਰ ਉੰਦੀ ਅਪੀਲ ਉੱਪਰ ਧਿਆਨ ਨਹੀਂ ਦਿੱਤਾ ਗਿਆ ਤੇ ਉਹਨੇ ਸਦਨ ਦੀ ਦੁਪਹਿਰੀ 12 ਵਜੇ ਤੱਕ ਸਤगित ਕੀਤਾ ਰਾਜ ਸਭਾ ਚ ਜਿਸ ਲਈ ਸਦਨ ਦੀ ਬੈਠਕ ਪਹਿਲੇ ਸਤਨ ਦੇ ਬਾਅਦ ਦੁਪਹਿਰੀ 2:30 ਵਜੇ ਹੋਈ ਤਾਂ ਸਭਾਪਤੀ ਜਗਦੀਪ ਦਣਖੜ ਉਹਰੇ ਬਖਵਾਖ ਕਾਨੂੰਨੀ ਉੱਪਰ ਚਰਚਾ ਲਈ ਸਮੇਂ ਦੀ ਬੰਦ ਸਰਵੰਦੀ ਕਮ ਸਲਾਹਕਾਰ ਸਮਿਤੀ ਦੇ ਫੈਸਲੇ ਦੀ ਘੋਸ਼ਣਾ ਕਰਾ ਕਰਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਸਦਸੇ ਦਿੱਲੀ ਦੀ ਰਾਸ਼ਟਰੀ ਰਾਜਧਾਨੀ ਖੇਤਰ ਸਰਕਾਰ ਸੰਸ਼ੋਧਨ ਬਿੱਲ 2023 ਉੱਪਰ ਸ਼ੋਰ ਸ਼ਰਾਬਾ ਕੀਤਾ। ਬੜਲੇ ਜਦੂ ਉੱਚ ਸਦਨ ਦੀ ਬੈਠਕ ਹੋਈ ਤਾਂ ਅਧਿਐਕਸ਼ ਹੋਰੇ ਦਿੱਲੀ ਦੀ ਰਾਸ਼ਟਰੀ ਰਾਜਧਾਨੀ ਖੇਤਰ ਸਰਕਾਰ ਸੰਸ਼ੋਧਨ ਬਿੱਲ 2023 ਸਨੇ ਸਰਕਾਰੀ ਕੰਮੇ ਲਈ ਸਮੇਂ ਦੇ ਅਵੰਟਨ ਸਰਵੰਧੀ ਕਮ ਸਲਾਹਕਾਰ ਸਮਿਤੀ ਦੇ ਫੈਸਲੇ ਦੀ ਘੋਸ਼ਣਾ ਕੀਤੀ। ਆਮ ਆਦਮੀ ਪਾਰਟੀ ਦੇ ਸਦਸੇ ਇਸ ਵਾਰੇ ਵਿਰੋਧ ਜਤਾਇਆ। ਆਮ ਆਦਮੀ ਪਾਰਟੀ ਦੇ ਸੰਜੀਤ ਸਿੰਘ ਉਰੇ ਇਤਰਾਜ਼ ਜਤਾਇਆ ਜੇ ਐਨਸੀਟੀ ਦਿੱਲੀ ਕੰਨੇ ਜੁੜੇ ਦਾ ਬਿੱਲ ਗੈਰ ਸਵਿਧਾਨਿਕ ਹੈ بی ਆਰਐਸ ਦੇ ਕੇ ਕੇਸ਼ਵ राव ਉਰੇ ਆਖਿਆ ਜੇ ਇਹ ਸਦਨ ਵਿੱਚ ਨਹੀਂ ਲੈਤਾ ਜਾਣਾ ਚਾਹੀਦਾ ਕਿ ਜੇ ਇਹ ਮਾਮਲਾ ਉਪ ਨਿਆਇਕ ਹੈ ਹਾਲਾਂਕਿ ਚੇਅਰਮੈਨ ਉਰੇ ਇਸ ਦਲੀਲ ਕੰਨੇ ਅਸਹਿਮਤੀ ਜਤਾਈ ਕਾਂਗਰਸ ਦੇ ਪ੍ਰਮੋਤ Tiwari ਉਰੇ ਮਨੀਪੁਰ ਇਨਸਾਦਾ ਮੁੱਦਾ ਚੁਕਨੇ ਦੀ ਕੋਸ਼ਿਸ਼ ਕੀਤੀ TMC ਦੇ ਡਰੇਕ ਅਬਰਾਇਨ ਉਰੇ ਕੱਲ ਦੀ ਕਾਰਵਾਈ ਦੇ ਕਿਸੇ ਸ਼ਬਦਾਂ ਦੀ ਮਿਟਾਉਣੇ ਉੱਪਰ ਇਤਰਾਜ਼ ਜਤਾਇਆ ਜਿਹੜੇ ਮਨੀਪੁਰ ਇਨਸਾਦੇ ਸੰਦਰਭ ਵਿੱਚ ਇਸਤੇਮਾਲ ਕੀਤੇ ਗਏ ਇਹ ਇਸ ਦੇ ਬਾਅਦ ਕਾਂਗਰਸ TMC ਆਮ ਆਦਮੀ ਪਾਰਟੀ DMK ਲੈਫਟ ਤੇ ਉਰਨੇ ਦੇ ਵਿਪਕਸ਼ੀ ਸਦਸੇ ਸ਼ੋਰ ਸ਼ਰਾਬਾ ਪਾਇਆ ਸੱਤਾ ਪੱਖਸ਼ ਦੇ ਸਦਸੇ ਵੀ ਜਵਾਬੀ ਨਾਰੇ ਲਾਏ ਚੇਅਰਮੈਨ ਉਰੇ ਸਦਨੀ ਚ ਕਰਮਬੱਧਤਾ ਦਾ ਆਗਰਹਿ ਕੀਤਾ ਪਰ ਅੰਗਾਮਾ ਆਬੀ ਹੋਈ ਗਿਆ ਤੇ ਸਦਨਗੀ ਦੁਪਹਿਰੀ 2:30 ਵਜੇ ਤੱਕ ਰਸਥਗਿਤ ਕਰ ਦਿੱਤਾ ਗਿਆ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਉਪਰਾ ਸੁਣਾ ਕਰ ਦਿਓ ਪ੍ਰਾਇਮਿਕ ਰਾਈਵਾਈ ਦੁਹਾਰਕਰ ਜੀ ਸਰਵੰਦੀ ਸਮਿਤੀ ਜਾਨੀ ਪੈਕਸ ਅੱਜ 21 ਜੁਲਾਈ ਥਵਾ ਦੇਸ਼ੇ ਚ ਆਮ ਸੇਵਾ ਕੇਂਦਰੇ ਜਾਨੀ ਸੀਐਸਸੀ ਆਸਿਆ ਦਿੱਤੇ ਜਾਣੇ ਆਲੀ ਸੇਵਾ ਉਪਰਉਦ ਕਰਵਾਗ ਇਸ ਗੱਲ ਦੀ ਜਾਣਕਾਰੀ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਉਰ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਚ ਇਸ ਪਹਿਲ ਕਦਮੀ ਦੀ ਅਪਚਾਰਿਕ ਕੋਸ਼ਨਾ ਕਰਦੇ ਹੋਈ ਦਿੱਤੀ ਇਸ ਪਹਿਲ ਕਦਮੀ ਤਹਿਤ ਪੈਕਸ ਦੇਸ਼ਾ ਦੇ 13 ਕਰੋੜ ਰੁਪਏ ਕਰਸਾਨੇ ਸਨ ਗ੍ਰਾਮੀਣ ਨਾਗਰਿਕਾਂ ਦੀ ਬੈਂਕਿੰਗ, ਬੀਮਾ, ਆਧਾਰ ਨਾਮਾਂਕਨ, ਸਿਹਤ ਸੇਵਾਵਾਂ, ਕਾਨੂੰਨੀ ਸੇਵਾਵਾਂ ਤੇ ਪ੍ਰਧਾਨ ਮੰਤਰੀ ਕਲਿਆਣ ਯੋਜਨਾਵਾਂ ਤੇ ਹੋਰਨ ਦੇ ਇਲਾਵਾ 300 ਸ਼ਾ ਮਤੀ ਸੇਵਾਵਾਂ ਉਪਲਬਧ ਕਰਵਾਗ ਪੈਕਸ ਦੇ ਰਾਏ ਸੀਐਸਸੀ ਸੇਵਾਵਾਂ ਦੀ ਦੇਣੇ ਸਰਬੰਧੀ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਹੋਰੇ ਆਖਿਆ ਜੇ 1 ਲੱਖ ਮੌਜੂਦਾ ਪੈਕਸੇ ਚ 17000 ਪਹਿਲੇ ਗਏ ਪ੍ਰਾਥਮਿਕ ਰਾਈ ਬਾਈ ਦੁਆਰ ਕਰਜੇ ਸਰਬੰਧੀ ਸਮਿਤੀਆਂ ਦੇ ਤੌਰ ਉੱਪਰ ਇਹ ਸੇਵਾ ਦਿਆ ਕਰਦੀਆਂ ਨੇ ਸ਼੍ਰੀ ਸ਼ਾਹ ਹੋਰੇ ਆਖਿਆ ਜੇ ਇਸ ਪਹਿਲ ਕਦਮੀ ਦਾ ਮਕਸਦ ਪੰਚਾਇਤੀ ਸਤਰ ਉੱਪਰ ਪੈਕਸ ਦੀ ਆਰਥਿਕ ਤੌਰ ਉੱਪਰ ਸਕ੍ਰੀਏ ਸੰਸਥਾ ਬਣਾਣਾ ਹੈ ਮੰਤਰੀ ਹੋਰੇ ਆਖਿਆ ਜੇ ਇਸ ਬਰੇ ਦੇ ਬਜਟ ਵਿੱਚ ਅਗਲੇ ਪੰਜੇ ਬਰੇ ਵਿੱਚ 2 ਲੱਖ ਪੈਕਸ ਬਣਾਉਣੇ ਤੇ ਹਰ ਪੰਚਾਇਤ ਵਿੱਚ ਮਤੇ ਮਕਸਦੀ ਪੈਕਸ ਬਣਾਉਣੇ ਦਾ ਪ੍ਰਵਧਾਨ ਕੀਤਾ ਗਿਆ ਹੈ। ਪਿਛਲੇ ਮਹੀਨੇ ਸਹਿਕਾਰਤਾ ਮੰਤਰਾਲੇ ਨੇ ਇਲੈਕਟ੍ਰੋਨਿਕ ਤੇ ਆਈਟੀ ਮੰਤਰਾਲੇ ਨਵਾਰਤ ਤੇ ਸੀਐਸਸੀ ਈ ਗਵਰਨੈਂਸ ਸਰਵਿਸਿਜ਼ ਇੰਡੀਆ ਲਿਮਟਿਡ ਕੰਨੇ ਇੱਕ ਸਮਝੌਤਾ ਪੱਤਰ ਉੱਪਰ ਦਸਤਖਤ ਕੀਤੇ ਹਨ ਤਾਂ ਜੇ ਪ੍ਰਾਇਮਿਕ ਰਾਈਬਾਈ ਦੁਹਾਰਕਰ ਜੀ ਸੋਸਾਇਟੀ ਕੀ ਸਾਰਵਜਨਿਕ ਸੇਵਾ ਕੇਂਦਰ ਦੇ ਤੌਰ 'ਤੇ ਕੰਮ ਕਰਨੇ ਯੋਗ ਤਿਆਰ ਕੀਤਾ ਜਾਈ ਸਕੇ। ਗੁਜਰਾਤ ਦੇ ਸੋਰਾਸ਼ ਦੇ ਕਈ ਇੱਥੇ ਚ ਬਰਖਾ جاری ਹੈ ਜਿਹਦੇ ਕਰੀ ਜੂਨਾਗੜ ਗਿਰ ਸੋਮਨਾਥ ਪੋਰਬੰਦਰ ਤੇ ਜਾਮਨਗਰ ਸਨੇ ਤਟੀ ਜ਼ਿਲ੍ਹੇ ਚ ਆੜ ਆਲੇ ਹਲਾਤ ਬਣ ਗਏ ਨੇ ਉਾਂ ਮੌਸਮ ਮਹਿਕਮੇ ਨੇ ਜੂਨਾਗੜ ਪੋਰਬੰਦਰ ਦੇ ਭੂਮੀ ਦਵਾਰਕਾ ਅਮਰੇਲੀ ਤੇ ਬਲਸਾਹ ਜ਼ਿਲ੍ਹੇ ਲਈ ਰੈਡ ਅਲਰਟ ਜਾਰੀ ਕੀਤਾ ਹੈ ਆਕਾਸ਼ਵਾਨੀ ਸੰਵਾਦਾਤਾ ਦੀ ਰਿਪੋਰਟ ਮੁਜਬ ਲਗਾਤਾਰ ਤ੍ਰੀਏ ਦਿਨ ਪਾਰੀ ਬਰਖਾ ਦੇ ਕਾਰਨ ਸੋਰਾਸ਼ਟੇ ਤਟਹੀ ਜ਼ਿਲੇ ਚ ਸਮਾਨੇ ਜੀਵਨ ਅਸਤਵਿਤ ਹੋ ਆਇਆ ਕਈ ਗਰਾ ਅਤੇ ਖੇਤ ਖਲਿਆਣ ਪਾਣੀ ਚ ਡੁੱਬ ਗਏ ਦੇਨ ਮੁੱਖ ਮੰਤਰੀ ਭੂਪੇਂਦਰ ਪਟੇਲ ਮੰਗਰੋਲ ਤਲਾਲਾ ਤੇ ਗਿਰ ਸੋਮਨਾਥ ਸਨੇ ਬਰਖਾ ਪ੍ਰਭਾਵਿਤ ਇਲਾਕੇ ਦਾ ਅਵਾਈ ਸਰਵੇਕਸ਼ਨ ਕਰੰਗਨ ਮੁੱਖ ਮੰਤਰੀ ਉੰਦੀ ਅਧਿਐਕਸ਼ਤਾ ਚ ਜੂਨਾਗੜ੍ਹ ਚ ਜ਼ਿਲ੍ਹਾ ਪ੍ਰਸ਼ਾਸਨ ਕਨੇ ਇੱਕ ਬੈਠਕ ਵੀ ਲਾਈ ਜਾਗ ਤਾਂ ਜੇ ਆੜ ਦੀ ਸਥਿਤੀ ਦਾ ਜਾਜਾ ਲੇਤਾ ਜਾ ਬਰਖਾ ਪ੍ਰਭਾਵਿਤ ਇਲਾਕਿਆਂ ਚ ਐਨਡੀਆਰਐਫ ਦੀ 8 ਟੀਮਾਂ ਗੀਤਨਾਦ ਕੀਤਾ ਗਿਆ ਹੈ ਤੇ ਪਾਣੀ ਚ ਫਸੇ ਲੋਕਾਂ ਦੀ ਬਚਾਈਏ ਸੁਰੱਖਿਤ ਥਾਰਿਆਂ ਉਪਰ ਪਹੁੰਚ ਜਾ ਕਰਦਾ ਹੈ ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਨੇ ਅੱਜ 21 ਜੁਲਾਈ ਲਈ ਠਾਣੇ ਰਾਏਗੜ ਪੂਨੇ ਤੇ ਪਾਲਗਰ ਜ਼ਿਲ੍ਹੇ ਲਈ ਵੀ ਰੈਡ ਅਲਰਟ ਜਾਰੀ ਕੀਤਾ ਹੈ ਮੁੰਬਈ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਪਾਰਟੀ ਮੌਸਮ ਵਿਭਾਗ ਨੇ ਮੁੰਬਈ ਸ਼ਹਿਰਾ ਤੇ ਉਹਦੇ ਉਪਨਗਰਾਂ 'ਚ ਬਖਬਾਰੀ ਥਾਰਿਆਂ ਉੱਪਰ ਮਤੀ ਭਾਰੀ ਬਰਖਾ ਦੀ ਭਵਿਕਵਾਨੀ ਕੀਤੀ ਹੈ। ਥਾਣੇ ਤੇ ਪਾਲਗਰ ਦੇ ਜ਼ਿਲ੍ਹਾ ਅਧਿਕਾਰੀਆਂ ਸਭ ਨੇ ਸਕੂਲਾਂ ਤੇ ਕਾਲਜਾਂ ਦੀ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਥਾਣੇ ਜ਼ਿਲ੍ਹੇ ਦੇ ਬਿਆਨ ਅਨੁਸਾਰ ਇੱਕ ਦਿਵਾਟੋ ਨੇ ਕਰੀ 45 ਬਰੇ ਦੇ ਮਾਨੂ ਦੀ ਮੌਤ ਹੋਈ ਗਈ ਤੇ 4 ਲੋਕ ਜ਼ਖਮੀ ਹੋਈ ਗਏ। ਬੁੱਧਵਾਰਾਂ ਨੂੰ ਪਾਰੀ ਵਰਖਾ ਦੇ ਮਗਰਾਂ ਬੀਰਵਾਰਾਂ ਵਰਖਾ ਦੀ ਮਾਰ ਦੇ ਪੇਮਾਨੇ ਵਿੱਚ ਕਮੀ ਆਈ ਹੈ ਤੇ ਸ਼ਹਿਰਾ ਦੇ ਕਿਸੇ ਹਿੱਸੇ ਵਿੱਚ ਵਰਖਾ ਘੱਟ ਹੋਈ ਗਈ ਉਪਨਗਰੀਏ ਰੇਲ ਸੇਵਾ ਕੇਂਦਰੀ ਰੇਲਵੇ ਤੇ ਪੱਛਮੀ ਰੇਲਵੇ ਦੋਨੇ ਰਸਤੇ ਉੱਪਰ ਸਮਾਨੇ ਹੀ ਪਰ ਸ਼ਹਿਰਾ ਦੇ ਕਿਸੇ ਹਿੱਸੇ ਵਿੱਚ ਪਾਣੀ ਭਰੋਚਣੇ ਕਰੀ ਟ੍ਰੈਫਿਕ ਪ੍ਰਭਾਵਿਤ ਹੋਈ ਗਿਆ ਤੇਲੰਗਾਨਾ ਚ ਚੌਥੇ ਦਿਨ ਰਾਜ ਦੇ ਕਈ ਹਿੱਸੇ ਚ ਬਰੋਬਰ ਵਰਖਾ جاری ਹੈ ਜਿਹੜੇ ਕਰੀ ਛਿਗੜੇ ਇਲਾਕੇ ਚ ਮਤਾ ਆੜ ਆਇਆ ਹੈ ਤੇ ਸਮਾਨੇ ਜਨਜੀਵਨ ਚ ਰੁਕਾਵਟ ਦਿਖਨੇਗੀ ਲਬੀ ਹੈ। ਹਦਰਾਬਾਦ ਮੌਸਮ ਕੇਂਦਰ ਮੁਜਬ ਔਰਮਤੀ ਬਰਖਾਉਣੇ ਦੀ ਮੀਦ ਹੈ ਤੇ ਰਾਜੇ ਪ੍ਰਸ਼ਾਸਨ ਆਈ ਅਲਰਟ ਉਪਰ ਹੈ। ਆੜ ਦੇ ਅਸਰ ਕੀ ਘਟ ਕਰਨੇ ਤੇ ਨਾਗਰਿਕਾਂ ਦੀ ਜਾਨ ਬਚਾਉਣੇ ਲਈ ਰੈਡ ਅਲਰਟ ਉਪਰ ਰੋਨੇ ਵਾਲੇ ਜ਼ਿਲ੍ਹੇ ਚ ਵਿਸ਼ੇਸ਼ ਟੀਮੇਂ ਕੀ ਭੇਜਿਆ ਗਿਆ ਹੈ। ਉਹਾਂ ਕ੍ਰੀਮਨਗਰ ਜ਼ਿਲ੍ਹੇ ਚ ਗੁੰਡੀ ਚ ਅੱਜ ਬੜਲੇ 6 ਵਜੇ ਤੱਕ ਅਜੇ ਤੱਕ ਦੀ ਸਾਰੀ ਸ਼ਾਮ ਮਤੀ 211 ਮਿਲੀਮੀਟਰ ਬਰਖਾ ਦਰਜ ਕੀਤੀ ਗਈ ਹੈ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪਰਤੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਨਵੀਂ ਦਿੱਲੀ ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਨੀਲ ਵਿਕਰਮ ਸਿੰਘ ਉੰਦੇ ਕਨੇ ਗੱਲਬਾਤ ਕੀਤੀ ਉਹਨੇ ਆਖਿਆ ਜੇ ਭਾਰਤ ਸਦਾ ਗੇ ਸ਼੍ਰੀਲੰਕਾ ਦੇ ਲੋਕਾਂ ਕਨੇ ਹਰ ਸੁਖ ਦੁੱਖ ਚ ਉੰਦੇ ਕਨੇ ਖੜੋਤੇਦਾਰਿਆ ਹੈ ਪ੍ਰਧਾਨ ਮੰਤਰੀ ਮੋਦੀਓ ਨੇ ਉन्नत ਤਕਨੀਕਾਂ ਤੇ ਪ੍ਰਕਿਰਿਆਆਂ ਦਾ ਇਸਤੇਮਾਲ ਕਰੀਏ ਕੁੱਲ ਸੰਸਾਰੀ ਕਰਮਚਾਰੀਆਂ ਦੀ ਕੁਸ਼ਲ ਬਣਾਉਣੇ ਉੱਪਰ ਜ਼ੋਰ ਦਿੱਤਾ ਹੈ। ਮਨੀਪੁਰ ਇਨਸਾਤੇ ਉਰ ਨੇ ਮੋਦੀਓ ਪਰ ਅੰਗਾਮੇ ਦੇ ਮਗਰਾ ਸੰਸਦ ਦੇ ਦੋਨੇ ਸਦਨਾਂ ਦੀ ਦਿਨ ਭਰੇ ਲਈ sthgit ਕਰ ਦਿੱਤਾ ਗਿਆ। ਪ੍ਰਾਇਮਿਕ ਰਾਈਬਾਈ ਦੁਹਾਰ ਕਰਜ ਸਰਬੰਧੀ ਸਮਿਤੀਆਂ ਅੱਜ ਮੁਲਕ ਭਰੇ ਚ ਸਾਰਵਜਨਿਕ ਸੇਵਾ ਕੇਂਦਰੀ ਥਾਵਾਂ ਦਿੱਤੀ ਜਾਣੇ ਆਲੀ ਸੇਵਾ ਮੁਹਈਆ ਕਰਾ ਕਰਦੀਆਂ। ਬਰਖਾ ਕਰੀਬ ਬਖਵਾਖ ਰਾਜੀਆਂ ਦੇ ਕਈ ਇਸ ਸੇਂਚ ਸਮਾਨੇ ਜਨਜੀਵਨ ਅਸਤਵ ਵਿਅਸਤ ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨੇ ਚ ਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਚ ਔਰਮਤੀ ਬਰਖਾ ਪਾਉਣ ਦੀ ਪੁਬਿਕਵਾਨੀ ਕੀਤੀ ਖਬਰਾਂ ਦੇ ਇਸ ਬੁਲੇਟਿਨ ਚ ਬਸ ਇਨਾ ਗੇ